ਜੀ ਜੈ ਮਾਤਾ ਜੀ ਸਾਰਿਆਂ ਨੂੰ, ਜੈ ਰਾਜਪੂਤਾਨਾ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਜੈ ਮਾਤਾ ਜੀ। ਅਤੇ ਅਸੀਂ ਆ ਚੁੱਕੇ ਹਾਂ ਜੀ ਕਨੇਡਾ ਆਸਟ੍ਰੇਲੀਆ ਤੋਂ, ਔਰ ਤੁਹਾਡੇ ਬੇਨਤੀ ਹੈ ਤੁਹਾਨੂੰ, ਤੁਸੀਂ ਵੀ ਕੱਲ੍ਹ ਨੂੰ ਆਇਓ ਸ਼ਹੀਦੀ ਜੋੜ ਮੇਰੇ, ਸ਼ਹੀਦ ਚਮਕੌਰ ਸਾਹਿਬ, ਸ਼ਹੀਦਾਂ ਨੂੰ ਸ਼ਰਧਾਂਜਲੀ ਦੇਈਏ, ਰਾਏ ਬਾਬਾ ਬੁੱਧੀ ਚੰਦ ਜੀ ਨੂੰ ਵੀ, ਅਤੇ ਸਾਰੇ ਸੂਰਬੀਰਾਂ ਨੂੰ ਯਾਦ ਰੱਖੀਏ, ਉਹਨਾਂ ਦੀ ਕੁਰਬਾਨੀਆਂ ਨੂੰ, ਅਤੇ ਉਹਨਾਂ ਨੂੰ ਨਤਮਸਤਕ ਹੋਈਏ, ਮਾਤਾ ਰਾਣੀ ਕਿਰਪਾ ਕਰੇ। ਕੈਨੇਡਾ ਆਸਟ੍ਰੇਲੀਆ ਤੋਂ ਪੁੱਜ ਗਏ ਹਾਂ। ਅਸੀਂ ਪੇਜ 'ਤੇ ਪਾਇਆ ਸੀ ਕਿ 23 ਤਰੀਕ ਨੂੰ ਸ਼ਹੀਦੀ ਜੋੜ ਮੇਲਾ ਚਮਕੌਰ ਸਾਹਿਬ, ਧਾਰਨਾ ਸਾਰਿਆਂ ਨੇ, ਪੰਜਾਬ ਦੀ ਰਾਜਪੂਤ ਕਮਿਊਨਿਟੀ ਨੇ। ਆਹ 300 ਸਾਲਾਂ ਬਾਅਦ ਦਿਨ ਚੜ੍ਹਨ ਲੱਗਾ ਭਰਾ, ਮੇਰੇ ਸਾਰੇ ਬਜ਼ੁਰਗਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ ਦਰਖਵਾਸਤ ਆ ਕਿ ਜ਼ਰੂਰ ਪਧਾਰਨ ਉੱਥੇ। ਤੁਸੀਂ ਲੋਕਲ ਹੋ, ਤੁਹਾਨੂੰ ਤਾਂ ਆਉਣਾ ਚਾਹੀਦਾ, ਔਰ ਜਿਹੜੇ ਖਾਸ ਕਰ ਚਮਕੌਰ ਸਾਹਿਬ ਡਿਸਟ੍ਰਿਕਟ ਦੇ ਜਿਹੜੇ ਪਿੰਡ ਨੇ ਰਾਜਪੂਤਾਂ ਦੇ, ਉਹਦਾ ਜ਼ਰੂਰ ਵਧਾਰਨ ਉੱਥੇ। ਤੁਹਾਡੇ ਬਜ਼ੁਰਗਾਂ ਨੇ ਇੰਨੀ ਕੁਰਬਾਨੀ ਦਿੱਤੀ ਹੈ, ਉਹਨਾਂ ਦੀ ਲਾਜ ਰੱਖ ਲਓ, ਯਾਦ ਰੱਖ ਲਿਆ ਕਰੋ ਕਦੀ ਕਦੀ, 300 ਸਾਲ ਬਾਅਦ ਇੱਕ ਵਾਰੀ ਤਾਂ ਉਹਨਾਂ ਨੂੰ ਨਾਲ ਲੈ ਕੇ ਆ ਜਾਓ। ਇੰਨੀਆਂ ਸ਼ਹੀਦੀਆਂ ਲੋਕਾਂ ਨੇ ਪ੍ਰਾਪਤ ਕੀਤੀਆਂ, ਇੰਨੀਆਂ ਕੁਰਬਾਨੀਆਂ ਦਿੱਤੀਆਂ, ਥੋੜ੍ਹੀ ਤਾਂ ਇੱਜ਼ਤ ਕਰ ਲਓ, ਉਹਨਾਂ ਦੀ ਲਾਜ ਰੱਖ ਲਓ, 300 ਸਾਲ ਬਾਅਦ ਇੱਕ ਵਾਰੀ ਤਾਂ ਆ ਜਾਓ। ਤਾਂ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਜੀ, ਅੱਜ ਸ਼ੁਰੂਆਤ ਆ, ਅੱਗੇ ਬਹੁਤ ਅਸੀਂ ਕੰਮ ਕਰਨੇ ਆ ਸੋਚਿਆ ਹੋਇਆ, ਪਰ ਆਪਣੀ ਕਮਿਊਨਿਟੀ ਦਾ ਸਾਥ ਹੋਊਗਾ ਤਾਂ ਅਸੀਂ ਜ਼ਿਆਦਾ ਛੇਤੀ ਆਪਣੇ ਟਾਰਗੇਟ, ਆਪਣੇ ਲਕਸ਼ ਅਚੀਵ ਕਰ ਸਕਾਂਗੇ। ਸਾਰੇ ਕਮਿਊਨਿਟੀ ਔਰ ਸੋਸਾਇਟੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜੀ ਹਰ ਕੰਮ ਨੂੰ ਸਕਸੈਸ ਕਰਨ ਵਾਸਤੇ, ਅਤੇ ਤੁਹਾਨੂੰ ਰਿਕੁਐਸਟ ਹੈ ਸਾਰਿਆਂ ਨੂੰ, ਸਾਰੇ ਭਰਾ ਨੂੰ ਇੱਕ ਦੂਜੇ ਨੂੰ ਆ ਕੇ ਸਪੋਰਟ ਕਰੋ, ਅਤੇ ਵੀ ਆਰ ਜਸਟ ਵਰਕਿੰਗ ਫੋਰ ਦਾ ਅਪਲਿਫਟਮੈਂਟ ਆਫ ਦਾ ਸੋਸਾਇਟੀ ਐਂਡ ਦਾ ਕਮਿਊਨਿਟੀ, ਅਤੇ ਸਾਰੇ ਆ ਕੇ ਆਪਣਾ ਨਮਸਕਾਰ ਕਰੋ ਅਤੇ ਆ ਕੇ ਇੱਕ ਦੂਜੇ ਨੂੰ, ਭਰਾਵਾਂ ਨੂੰ ਹੌਸਲਾ ਵਧਾਈ ਕਰੋ। ਬਹੁਤ ਵੱਡਾ ਦਿਨ ਹੈ ਜੀ, SGPC ਰਿਕੋਗਨਾਈਜ਼ ਕਰ ਰਹੀ ਹੈ, ਉਹ ਪਹਿਲੀ ਵਾਰੀ ਹੋ ਰਿਹਾ ਕਿ ਸਾਡੀ ਕਮਿਊਨਿਟੀ ਨਾਲ ਕੋਈ ਇੰਨਾ ਵੱਡਾ ਫੰਕਸ਼ਨ ਕਰ ਰਹੇ ਹੈ। ਬੜੇ ਬੜੇ ਮਹਾਂਪੁਰਸ਼ ਆ ਰਹੇ ਆ ਉੱਥੇ, ਸਾਡੀ ਲੀਡਰਸ਼ਿਪ ਆ ਰਹੀ ਹੈ ਰਾਜਪੂਤਾਂ ਦੀ, ਤੁਸੀਂ ਸਾਰੇ ਉੱਥੇ ਪਧਾਰੇ ਹੋ ਜ਼ਰੂਰ। ਓਕੇ ਜੀ, ਰਾਮ ਰਾਮ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।